ਗੁਜਰਾ ਪਿੰਡ ਆ ਜੀ। ਰਾਤ 1:19 ਦੇ ਬੰਦੇ ਅੰਦਰ ਵੜੇ ਚੋਰ ਜੀ। ਉਦੋਂ ਬਾਅਦ ਅਸੀਂ ਪਏ ਰਹੇ, ਸਾਨੂੰ 1:51 ਦੇ ਖੜਕਾ ਸੁਣਿਆ ਜੀ। ਅਸੀਂ ਉੱਠ ਕੇ ਬਾਹਰ ਨਿਕਲੇ, ਉਹਨੂੰ ਮਤਲਬ ਬਾਹਰ ਖੜਕਾਇਆ ਜੀ, ਉਦੋਂ ਅਸੀਂ ਲੰਘ ਗਏ ਜੀ ਚੋਰ। ਇਹਨੂੰ ਆਏ, ਇਹਨੂੰ ਘਰ ਆਏ ਦੇਖ ਕੇ ਜੀ ਸਮਾਨ ਨੂੰ ਮਤਲਬ ਬੇਹੋਸ਼ ਹੋ ਗਏ ਜੀ। ਅਸੀਂ ਉਹਨੂੰ ਸਾਹਮਣ ਲੰਘ ਗਏ, ਇਹਨੂੰ ਬੰਦੇ ਲੰਘ ਗਏ ਜੀ ਸਾਰੇ ਉਹ। ਤੁਸੀਂ ਕਿੱਥੇ ਪਏ ਸੀ ਜੀ? ਅਸੀਂ ਆ ਸਟੋਰ ਨਾਲ ਲੱਗ ਮੈਂ ਪਏ ਤੇ ਜੀ ਪੁਲਿਸ 'ਚ, ਇਹ ਸਟੋਰ ਆ ਜੀ ਨਾਲ। ਤੇ ਰਾਤ ਨੂੰ ਕਾਰਵਾਈ ਵੀ ਅੰਜਾਮ ਦਿੱਤਾ? ਹਾਂ ਜੀ, ਸਾਰਾ ਰਾਤ ਨੂੰ ਦਿੱਤਾ ਜੀ। ਕਿੰਨਾ ਕੁ ਨੁਕਸਾਨ ਤੁਹਾਡਾ? ਜੀ 13 13 ਤੋਂ ਇਹ ਸੋਨਾ ਲੈ ਗਏ ਜੀ, ਬਾਕੀ 42,000 ਨਕਦੀ ਲੈ ਗਏ ਜੀ। ਪੈਸੇ ਜਿਹੜੇ ਤੁਸੀਂ ਨਕਦ ਕਰੇ ਬਸ? ਇਹ ਹਾਂਜੀ, ਬਈਆਂ ਨੂੰ ਕੱਲ੍ਹ ਮੁਲਾਜ਼ਮ ਬਈਏ ਆਏ ਤੇ ਜੀ ਆਪਣੇ ਜੀਰੋ ਵਾਲੇ, ਉਹਨਾਂ ਨੇ ਉਹ ਪੈਸੇ ਆਪਣੇ ਬਿਹਾਰ 'ਚ ਨਕਦ ਪਵਾ ਲਏ ਜੀ, ਸਾਨੂੰ ਨਕਦ ਦੇ ਗਏ ਤੇ ਉਰੇ ਪੇਟੀਐਮ ਕਰਾ ਲਿਆ ਤੀ ਜੀ ਉਹ ਪੈਸਿਆਂ ਨਾਲ। ਕੱਲ੍ਹ ਛੁੱਟੀ ਕਰਕੇ ਅਸੀਂ ਗਏ ਨੀ ਕੰਮ ਜੀ, ਸਾਨੂੰ ਇੱਧਰ ਅੱਜ ਜਮ੍ਹਾਂ ਕਰਾਉਣੇ ਤੇ ਜੀ। ਜਿਹੜਾ ਸੋਨਾ ਲੈ ਗਏ ਜੀ 13 ਤੋਲੇ, ਉਹਦੇ ਵਿੱਚ ਕੀ ਕੁਛ? ਉਹਦਾ ਦੋ ਉਹ ਘਰਦਿਆਂ ਨੂੰ ਪਤਾ ਜੀ ਮਾੜਾ ਜਿਹਾ ਬਲਾ ਜੀ। ਤੇ ਉਸ ਤੋਂ ਇਲਾਵਾ ਹੋਰ ਵੀ ਕੋਈ ਸਮਾਨ ਚੱਕਿਆ? ਨਾ ਜੀ, ਹੋਰ ਨਹੀਂ ਚੱਕਾ ਗਿਆ। ਕੀ ਲੱਗਦਾ ਜਿਸ ਤਰ੍ਹਾਂ ਅਲਮਾਰੀ ਪੱਟੀ ਗਈ ਆ ਅੰਦਰ ਆ ਕੇ, ਕੀ ਕੋਈ ਭੇਤੀ ਬੰਦੇ ਦਾ ਕੰਮ ਹੈ ਜਾਂ ਕੋਈ ਸ਼ੱਕ ਹੈ ਕਿਸੇ? ਐਂ ਦਾ ਕੀ ਪਤਾ ਲੱਗ ਜੀ, ਭੇਤੀ ਦਾ ਕੀ, ਇਨਕੁਆਇਰੀ ਕਰ ਲੈਣੇ ਪੁਲਿਸ ਆਏ, ਤੜਕੇ ਬੁਲਾਏ ਹੋਏ ਨੇ ਜੀ ਸਾਰੇ। ਉਹ ਕਹਿੰਦੇ ਨੇ ਵੀ 24 ਘੰਟੇ 'ਚ ਹੱਲ ਕਰ ਦਾਂਗੇ, ਬਾਕੀ ਦੇਖੋ ਜੀ ਅਜੇ। ਹੋਰ ਵੀ ਕੋਈ ਚੋਰੀ ਹੋਈ ਆ ਪਿੰਡ 'ਚ ਜੀ? ਇਹਦੇ ਨਾਲ ਹਾਂ ਜੀ, ਗੁਰਬਾ ਚੰਗੇ ਹੋਈ ਉਹਦੇ। ਇਦੂ ਬਾਅਦ ਮੇਰੇ ਤੋਂ ਬਾਅਦ 2:30 2:30 ਉੱਧਰ ਹੋਈ ਜਾ ਕੇ ਜੀ। 1:51 ਤੇ ਉੱਠ ਖੜੇ ਤੇ ਇੱਥੋਂ ਜੀ, ਇਹਦੇ ਵਿੱਚ ਆ ਕੇ ਮਤਲਬ ਬੰਦੇ ਹੋ 2:15 ਉਹ ਘਰੇ ਵੱਗ ਗਏ ਉੱਧਰ ਕਹਿੰਦੇ। ਇੱਕੋ ਰਾਤ ਦੋ ਚੋਰੀ? ਹਾਂ ਜੀ, ਉਹ ਵੀ ਜਸਵਿੰਦਰ ਉੱਧਰ ਗੁਰਬਚਨ ਦਾ ਜੀ। ਉਹਨਾਂ ਦੇ ਵੀ ਕਾਫੀ ਨੁਕਸਾਨ? ਉਹਦੇ ਮਤਲਬ LCD ਲੈ ਗਏ, ਬਾਕੀ ਬਾਕੀ ਉਹ ਕੱਪੜੇ ਕੁਪੜੇ ਜਿਵੇਂ ਆਹ ਫਰੋਲੇ ਨੇ ਆਏ ਫਰੋਲੇ ਪਏ ਨੇ ਜੀ, ਬਾਕੀ ਉਹ ਭੱਜ ਗਏ ਫਿਰ ਉੱਥੋਂ। ਕੀ ਮੰਗ ਕਰਦੇ ਹੋ? ਮੰਗ ਤਾਂ ਆਹੀ ਹੈ ਜੀ, ਬਸ ਇਨਸਾਫ ਹੋਣਾ ਚਾਹੀਦਾ ਬੰਦੇ ਨੂੰ, ਜਿਹੜਾ ਕੁਛ ਸਮਾਨ ਹੈ ਜੀ ਸਾਰਾ ਮਿਲ ਜੇ ਜੀ। ਖੇਤੀ ਕਰਦੇ ਹੋ? ਹਾਂ ਜੀ, ਖੇਤੀ ਕਰਦੇ। ਅੱਛਾ, ਜਿਸ ਤਰ੍ਹਾਂ ਹੁਣ ਖੇਤੀ ਕਰਦੇ ਹੋ ਤੁਸੀਂ, ਰੋਡ ਦੇ ਉੱਤੇ ਖੇਤਾਂ 'ਚ ਮਕਾਨ ਹੈਗਾ, ਹਾਂ ਜੀ, ਜਦੋਂ ਇਸ ਤਰ੍ਹਾਂ ਦੀ ਚੋਰੀਆਂ ਹੋ ਰਹੀਆਂ ਨੇ ਕੀ ਮਨ ਦੇ ਵਿੱਚ? ਫਿਰ ਆਇਆ ਜੀ, ਪੁਲਿਸ ਨੂੰ ਕੋਈ ਗੌਰ ਕਰਨੀ ਚਾਹੀਦੀ, ਰਾਤ ਨੂੰ ਫਿਰਨਾ ਤੁਰਨਾ ਚਾਹੀਦਾ ਜਾਂ ਗੱਡੀਆਂ ਲੈ ਕੇ ਜੀ। ਅੱਗੇ ਦੇਖਿਆ ਜਾਂਦਾ ਸੀ ਕਿ ਸ਼ਹਿਰਾਂ ਦੇ ਵਿੱਚ ਚੋਰੀਆਂ ਹੁੰਦੀਆਂ ਤੇ ਬਾਜ਼ਾਰ, ਹਾਂ ਜੀ, ਹੁਣ ਪਿੰਡਾਂ ਦੇ ਵਿੱਚ ਚੋਰ ਆ ਬੜੇ। ਹੋਰ ਜੀ, ਰਾਤ ਨੂੰ ਐਂ ਵੀ ਡਰ ਰਹਿੰਦਾ ਜੀ ਕੀ ਪਤਾ ਕੋਈ ਹਥਿਆਰ ਹੋਵੇ ਬੰਦੇ ਕੋਲ, ਕਈ ਮੌਕੇ ਤੇ ਹੁੰਦਾ ਜੀ ਕੋਈ ਸੱਟ ਫੇਟ ਵੀ ਮਾਰ ਸਕਦਾ ਬੰਦਾ। ਕੋਈ ਤੁਹਾਨੂੰ ਕੋਈ ਕੈਮਰੇ ਦੇ ਵਿੱਚ ਜਾਂ ਕੋਈ ਪਤਾ ਲੱਗਿਆ ਕੁਛ? ਕੈਮਰੇ ਦਾ 1 ਕਮਾਂਡੀ ਤੇ ਪਤਾ ਲੱਗਾ ਜੀ, ਉਹਨੇ ਐਂ ਮਤਲਬ ਗਰਦਨਾ ਮੁੜੀਆਂ ਹੋਏ ਨੂੰ, 2 ਬੰਦੇ ਸਾਕਲਾ ਦਿਖ ਰਹੇ ਨੇ ਕੋਟ ਉੱਪਰ ਦੀ ਬਸ, ਉਦੋਂ ਬਾਅਦ ਕੁਛ ਨਹੀਂ ਦਿਖਿਆ ਜੀ ਵੀ ਉਹ ਲਿਕੜੇ ਨੇ ਕਿ ਥੱਲੇ ਮਾਰੇ ਸਾਲਾ, ਉਦੋਂ ਬਾਅਦ ਇਨਕਾਰ ਨਹੀਂ ਹੋਈ ਜੀ। ਕਿਸੇ ਤਰ੍ਹਾਂ ਦਾ ਕੋਈ ਜਿਹੜੇ ਸੁੱਤੇ ਪਏ ਤੁਸੀਂ, ਕੋਈ ਤੁਹਾਨੂੰ ਕੋਈ ਚੀਜ਼ ਤਾਂ ਨਹੀਂ ਕਿਸੇ ਸੁਣਾਈ ਗਈ? ਨਾ ਜੀ, ਇਹਦਾ ਜਿਹਾ ਇੱਕ ਪਾਸੇ ਅੱਡ ਪਏ ਤੇ ਜੀ, ਇਹਦਾ ਮੈਂ ਖੜਕਾ ਬਾ ਘਰਦਿਆਂ ਨੇ ਪਾਣੀ ਪੀਣ ਵਾਸਤੇ ਬਾਹਰ ਹੀ ਖੋਲਿਆ, ਬਾਹਰ ਨਹੀਂ ਖੋਲਿਆ ਅੰਦਰੋਂ। ਹਾਂ, ਉਹ ਕਹਿੰਦੀ ਖੜਕ, ਹਾਂਜੀ ਸਵੇਰੇ ਹੀ ਪਤਾ ਲੱਗਿਆ ਤੁਹਾਨੂੰ? 1:19 ਤੇ ਵਾਰਦਾਤ ਹੁੰਦੀ ਜੀ ਕੈਮਰੇ ਦੇ ਹਿਸਾਬ ਨਾਲ, ਉੱਥੋਂ ਅਸੀਂ 1:51 ਦੇ ਉੱਠੇ ਹਾਂ ਜੀ, 1:51 ਦੇ ਵਿਚਾਲੇ ਵਿਚਾਲੇ ਇਹ ਚੀਜ਼ ਹੋ ਗਈ ਜੀ। ਉਹ ਵੈਸੇ ਅੱਧੇ ਰੋਟੇ ਸਾਬਾ ਵੀ ਕੱਢ ਕੇ ਬਾਹਰ ਧੜਕੇ ਵੱਗ ਗਏ ਜੀ। ਹੁਣ SHO ਨਾਲ ਗੱਲ ਹੋਈ ਤੁਹਾਡੀ, ਕੀ ਕਹਿੰਦੇ ਨੇ? SHO ਕਹਿੰਦੇ ਜੀ ਬੰਦਾ ਲੈ ਕੇ ਆ ਰਿਹਾ, ਇੱਕ ਕੋਈ ਛੋਟਾ ਮੁਲਾਜ਼ਮ ਕੋਈ ਪਤਾ ਨਹੀਂ ਕੀ ਫੜਿਆ ਫੁੜਿਆ ਹੋਇਆ, ਪੈਡ ਦਿਖਾਈਏ ਜੀ ਉਹਨਾਂ ਨੂੰ ਅਸੀਂ, ਉਹਦੇ ਹਿਸਾਬ ਨਾਲ ਕਹਿੰਦਾ ਬੰਦਾ ਲੈ ਕੇ ਆ, 1/2 ਘੰਟਾ ਵੇਟ ਕਰੋ। ਬੜੇ ਕਿੱਥੋਂ ਦੇ ਜੀ? ਹੈਂ, ਬੜੇ ਕਿੱਥੋਂ? ਉਹ ਮੋਰੀ ਵਿੱਚ ਦੀ ਬੜੇ ਨੇ, ਵੇਚਣ ਵਿੱਚ ਦੀ ਜੀ, ਜਾਲੀ ਵੱਢ ਕੇ। ਇੱਕ ਬੱਚੇ ਨੇ ਹੱਥ ਪਾ ਕੇ ਅੰਦਰ ਦੀ ਖੋਲਿਆ, ਬਾਕੀ ਨੂੰ ਅੰਦਰ ਵਾੜਿਆ ਜੀ। ਕਰਮਜੀਤ ਕੌਰ ਜੀ, ਕਿਸ ਤਰ੍ਹਾਂ ਘਟਨਾ ਵਾਪਰੀ ਹੈ ਜੀ, ਕੀ ਕੁਛ ਸਮਾਨ ਜਿਹੜਾ ਹੈਗੇ ਲੈ ਗਏ ਜੀ? ਘਟਨਾ ਤਾਂ ਵੀਰ ਜੀ ਵੀ 1 ਵਜੇ ਤੋਂ ਬਾਅਦ ਬਾਅਦ ਹੋਇਆ ਜੀ। 51 ਮਿੰਟਾਂ ਤੋਂ ਅਸੀਂ ਉੱਠ ਖੜੇ, ਸ਼ਾਂਪਾਂ ਸੀ ਜੀ, 3 2 ਜੈਂਟਸ, 1 ਮੇਰੀ ਲੇਡੀ ਜੀ, 2 ਘੜੇ ਸੀ, 1 ਲੇਡੀ ਸੀ, ਇਹ ਕੁਛ ਲੈ ਗਏ ਜੀ। ਕਿੰਨਾ ਕੁ ਸੇਲ ਬਣਦਾ ਜੀ ਸਾਰਾ? ਦੇਖ ਲਓ ਜੀ, 3-3 2-2 3-3 ਤੋਲੇ ਸੀਗੇ ਜੀ, ਇੱਕ ਇੱਕ ਚੀਜ਼ 'ਚ। ਹਾਂਜੀ, ਪੈਸੇ ਵੀ ਸੀਗੇ ਜੀ। ਹਾਂਜੀ, ਇਸ ਕਮਰੇ 'ਚ ਪਏ ਸੀਗੇ ਜੀ। ਨਾ ਜੀ, ਸਾਨੂੰ ਬਸ ਫਿਰ ਬਾਅਦ 'ਚ ਮੈਨੂੰ ਖੜਕਾ ਹੀ ਸੁਣਿਆ ਜੀ, ਫਿਰ ਮੈਂ ਵਾਰ ਖੋਲਣ ਲੱਗੀ, ਵਾਰ ਵਾਰੋਂ ਲੱਗਿਆ ਹੋਇਆ ਸੀ ਗੁੰਡਾ, ਅਤੇ ਇੰਨੇ ਤਾਂ ਜੀ ਫਿਰ ਉਹ ਭੱਜ ਗਏ ਜੀ। ਫਿਰ ਬਹੁਤ ਖਰਾਬ ਹੋ ਗਿਆ ਵੀਰ ਜੀ, ਤਾਂ ਰਹਿਣਾ ਮੁਸ਼ਕਲ ਹੋ ਜੂਗਾ ਇਸ ਤਰ੍ਹਾਂ ਤਾਂ। ਕੀ ਬੱਚੇ? ਇੱਕ ਬੇਟਾ ਜੀ।
ਕੋਈ ਇਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਕਿ ਜਿਹੜਾ ਹੈਗਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਚੋਰੀ ਜਿਹੜੀ ਆ ਲੱਗੂਗੀ, ਮਿਲ ਜੂਗੀ, ਉਸ ਨਾਲ ਗੱਲ ਹੋਈ? ਕਹਿੰਦੇ ਤਾਂ ਹੈਗੇ ਨੇ ਜੀ, ਬਾਕੀ ਹੁਣ ਕੋਈ ਸੰਸਨ ਤਾਂ ਹੈ ਨਹੀਂ ਗਾ ਵੀ ਮਿਲਣ ਵਾਲਾ ਕੋਈ ਲੱਗਦਾ ਤਾਂ ਹੈ ਨਹੀਂ ਗਾ ਵੀ ਇਸ ਤਰ੍ਹਾਂ ਵੀ ਹੁਣ ਹਾਂਜੀ ਮੰਗ ਤਾਂ ਇਹੀ ਸਾਨੂੰ ਮਿਲਣਾ ਚਾਹੀਦਾ ਸਾਡਾ ਸਮਾਨ ਹੀ, ਅਸੀਂ ਗਰੀਬ ਬੰਦੇ ਅਸੀਂ ਕਿਹੜਾ ਕੋਈ ਨੌਕਰੀ ਆਈ ਸਾਡੇ ਤਾਂ ਖੇਤੀ ਆ ਮਾੜੀ ਮੋਟੀ ਜ਼ਮੀਨ ਆ ਖੇਤੀ ਕਰਦੇ ਹਾਂ ਆਪ। ਖਤਰਾ ਵੀ ਹੋ ਸਕਦਾ ਜਿਵੇਂ ਤੁਸੀਂ ਲੱਗ ਹਾਂਜੀ ਹੋ ਵੀ ਸਕਦਾ ਜੀ, ਹੁਣ ਅਸੀਂ ਬਾਹਰ ਨਿਕਲਦੇ ਜੀ ਸਾਨੂੰ ਮਾਰ ਵੀ ਸਕਦੇ ਸੀਗੇ ਜੀ। ਹਾਂਜੀ ਇਹ ਅੱਜ ਗੁਜਰਾ ਸਵੇਰੇ ਸਾਨੂੰ ਆਈ ਸੀ ਇੱਕ ਫੋਨ ਕਾਲ ਆਈ ਸੀ, ਇੱਥੇ ਚੋਰੀ ਹੋਈ ਹੈ, ਇੱਥੇ 16 ਕੁ ਤੋਲੇ ਸੋਨਾ ਇੱਕ ਪਿੰਡ ਤੋਂ ਬਾਹਰ ਬਾਹਰ ਘਰ ਹੈ ਉਹ ਚੋਰੀ ਹੋਇਆ। ਅਸੀਂ ਫੁਟੇਜ ਵਗੈਰਾ ਚੈੱਕ ਕਰ ਰਹੇ ਹਾਂ, ਮੌਕਾ ਦੇਖ ਲਿਆ ਅਤੇ ਉਮੀਦ ਹੈ ਅਸੀਂ ਜਲਦੀ ਚੋਰਾਂ ਨੂੰ ਰਾਊਂਡ ਅਪ ਕਰ ਲਵਾਂਗੇ। ਹਾਂ ਇੱਕ ਦੂਜੇ ਘਰ ਦੇ ਵਿੱਚ ਐਲ ਸੀ ਡੀ ਗਈ ਹੈ ਜੀ, ਉਹ ਵੀ ਨਾਲ ਹੀ ਘਰ ਹੈ, ਜਾਂਦੇ ਹੋਏ ਉਸ ਘਰ 'ਚੋਂ ਉਹ ਐਲ ਸੀ ਡੀ ਚੋਰੀ ਕਰਕੇ ਲੈ ਗਈ। ਜਿਮੀਦਾਰ ਪਰਿਵਾਰ ਹੈ ਜੀ, ਆਪ ਇੱਕ ਪਰਿਵਾਰ ਦੂਸਰੇ ਕਮਰੇ ਵਿੱਚ ਏਸੀ ਦੇ ਵਿੱਚ ਸੁੱਤਾ ਹੋਇਆ ਸੀ ਅਤੇ ਪੇਟੀਆਂ ਵਾਲਾ ਕਮਰਾ ਜਿਹੜਾ ਇਹਨਾਂ ਦਾ ਹੈਗਾ ਸੀ ਸਟੋਰ, ਉਹਦੇ ਵਿੱਚੋਂ ਸਮਾਨ ਚੋਰੀ ਹੋ ਗਿਆ। ਇਹ ਰਸੋਈ ਦੀ ਬਾਰੀ ਉਹਦੀ ਜਾਲੀ ਕੱਟ ਕੇ ਉਹ ਕੁੰਡੀ ਖੋਲ੍ਹ ਕੇ ਫਿਰ ਅੰਦਰ ਵੜੇ ਨੇ ਅਤੇ ਮੁੱਢਲੀ ਜਾਂਚ ਤੋਂ ਲੱਗਦਾ ਵੀ ਚੋਰ ਜਿਵੇਂ ਉਹਨਾਂ ਵਿੱਚ ਇੱਕ ਨਾਬਾਲਗ ਬੱਚਾ ਵੀ ਪ੍ਰਤੀਤ ਹੁੰਦਾ ਅਤੇ ਉਮੀਦ ਹੈ ਅਸੀਂ ਜਲਦੀ ਟਰੇਸ ਕਰ ਲਵਾਂਗੇ। ਹਾਂਜੀ ਸਾਨੂੰ ਕੁਛ ਕਲਿਊ ਮਿਲੇ ਨੇ ਫੁਟੇਜ ਤੋਂ, ਅਸੀਂ ਜਲਦੀ ਰਾਊਂਡ ਅਪ ਕਰ ਲਵਾਂਗੇ। ਤੁਹਾਡੀ ਟੀਮ ਲੱਗੀ ਹੋਈ ਹੈ ਇਸ ਵੇਲੇ ਤੋਂ ਇਹ ਜਾ ਰਹੀ ਹੈ ਕਿ ਸੀਸੀਟੀਵੀ ਫੁਟੇਜ ਵੀ ਚੈੱਕ ਕਰ ਰਹੇ ਹੋ, ਕੁਛ ਕਲਿਊ ਮਿਲੇ ਹੋਏ? ਹਾਂਜੀ ਉਹਦੇ 'ਚ ਕੁਛ ਚੀਜ਼ਾਂ ਸਾਹਮਣੇ ਆਈਆਂ ਨੇ ਅਤੇ ਉਮੀਦ ਹੈ ਵੀ ਸ਼ਾਮ ਤੱਕ ਇਹਨੂੰ ਟਰੇਸ ਕਰ ਲਵਾਂਗੇ। ਹਾਂਜੀ ਹਾਂਜੀ।